ਸਤਿ ਸ਼੍ਰੀ ਅਕਾਲ ਜੀ। ਮੈਂ ਆਸ ਕਰਦਾ ਤੁਸੀਂ ਤੰਦਰੁਸਤ ਹੋਵੋਗੇ, ਠੀਕ ਠਾਕ ਹੋਵੋਗੇ। ਅੱਜ ਕੁਛ ਗੰਭੀਰ ਗੱਲਾਂ ਕਰਨੀਆਂ, ਕਿਉਂਕਿ ਜੋ ਹਾਲਾਤ ਬਣਦੇ ਜਾ ਰਹੇ ਆ ਉਹ ਬੜੇ ਸੀਰੀਅਸ ਆ, ਗੰਭੀਰ ਆ, ਅਤੇ ਸਾਨੂੰ ਉਹਨਾਂ ਪ੍ਰਤੀ ਬੜੇ ਸੁਚੇਤ ਰਹਿਣਾ ਚਾਹੀਦਾ ਅਤੇ ਬੜੀ ਗੰਭੀਰਤਾ ਨਾਲ ਗੱਲਾਂ ਨੂੰ ਸੋਚਣਾ ਚਾਹੀਦਾ। ਇਸ ਕਰਕੇ ਰੂਬਰੂ ਹੋਏ ਹਾਂ, ਜੋ ਹਾਲਾਤ 80ਆਂ ਦੇ ਦਹਾਕੇ 'ਚ ਬਣੇ ਸੀ, ਜਦੋਂ ਇੰਦਰਾ ਗਾਂਧੀ ਉਸ ਵੇਲੇ ਪ੍ਰਾਈਮ ਮਿਨਿਸਟਰ ਸੀ, ਉਸ ਵੇਲੇ ਵੀ ਫਰਸ਼ੀਵਾਦ ਜਾਂ ਫਾਸਿਜ਼ਮ ਜਿਹਨੂੰ ਕਹਿੰਦੇ ਆ ਉਹਦਾ ਦੌਰ ਆਇਆ ਸੀ ਇੱਕ, ਅਤੇ ਉਹ ਫਰਸ਼ੀਵਾਦ ਦਾ ਫਿਰ ਖਾਤਮਾ ਕਿੱਥੇ ਜਾ ਕੇ ਹੋਇਆ, 84 'ਚ ਉਹਨੇ ਕਲਮੀਨੇਟ ਇੱਕ ਨਸ਼ਲਕੁਸ਼ੀ ਦੇ ਵਰਤਾਰੇ ਤੋਂ ਬਾਅਦ ਕੀਤਾ, ਜਿਸ ਨਸ਼ਲਕੁਸ਼ੀ 'ਚ ਹਰ ਕਿਸੇ ਇਸ ਸਟਰਕਚਰ 'ਚ ਕੋਈ ਵੀ ਛੋਟੀ ਵੀ ਯੂਨਿਟ ਆ ਜਿਹੜਾ ਇਸ ਪੂਰੇ ਸਟਰਕਚਰ 'ਚ, ਇਸ ਦੇਸ਼ ਦੇ ਸਟਰਕਚਰ 'ਚ ਉਹਨਾਂ ਨੇ ਭਾਗ ਲਿਆ, ਉਹਨਾਂ ਨੇ ਪਾਰਟੀਸਪੇਟ ਕੀਤਾ, ਅਤੇ ਉਸ ਵੇਲੇ ਸਿੱਖਾਂ ਨੂੰ ਦਰਿੰਦਗੀ ਨਾਲ ਮਾਰਿਆ ਗਿਆ, ਲੱਭ ਲੱਭ ਮਾਰਿਆ ਗਿਆ, ਗਲਾਂ 'ਚ ਸਾਡੇ ਟਾਇਰ ਪਾਏ ਗਏ, ਹੈ ਨਾ, ਜਲਾਏ ਗਏ, ਪੈਟਰੋਲ ਪਾਏ ਗਏ। ਸੋ ਉਹ ਹਾਲਾਤ 80ਆਂ ਦੇ ਦਹਾਕੇ 'ਚ ਵਾਪਰੇ ਸੀ। ਅੱਜ ਜਿਹੜੇ ਹਾਲਾਤ ਬਣਦੇ ਜਾ ਰਹੇ ਆ ਇਹ ਉਸੇ ਤਰ੍ਹਾਂ ਦੇ ਹਾਲਾਤ ਆ। ਇਹ ਤਣਾਅ ਅਤੇ ਟਕਰਾਅ ਜਿਹੜਾ ਪੈਦਾ ਹੋ ਰਿਹਾ ਨਾ, ਅਸੀਂ ਇਹਨਾਂ ਗੱਲਾਂ ਨੂੰ ਬੜੇ ਗੰਭੀਰਤਾ ਨਾਲ ਵਿਚਾਰੀਏ। ਔਰ ਇੱਕ ਜਸਟਿਸ ਚੰਦਰਚੂੜ ਦੀ ਸਟੇਟਮੈਂਟ ਆਈ ਸੀ ਸੁਪਰੀਮ ਕੋਰਟ ਦੇ ਜੱਜ ਆ, ਵੀ ਇਹ ਡਿਊਟੀ ਬਣ ਜਾਂਦੀ ਆ ਇੰਟਲੈਕਚੁਅਲਸ ਦੀ ਜਾਂ ਕੁਛ ਉਹਨਾਂ ਬੰਦਿਆਂ ਦੀ ਜਿਹੜੇ ਕੁਛ ਗੱਲ ਨੂੰ ਸਮਝਦੇ ਆ ਜਾਂ ਇਸ ਸਿਵਲ ਸੁਸਾਇਟੀ 'ਚ ਰਹਿੰਦੇ ਹੋਏ ਕੁਛ ਬੰਦਿਆਂ ਦੀ, ਵੀ ਜਦੋਂ ਜਦੋਂ ਸਟੇਟ ਸਾਡੇ 'ਤੇ ਜ਼ੁਲਮ ਕਰਦੀ ਆ ਜਾਂ ਸਟੇਟ ਟੈਰਰ ਕ੍ਰੀਏਟ ਕਰਦੀ ਆ ਸਾਡੇ ਮਨਾਂ 'ਚ, ਤਾਂ ਫਿਰ ਅਸੀਂ ਅੱਗੇ ਆ ਕੇ ਬੋਲੀਏ, ਆਵਾਜ਼ ਬੁਲੰਦ ਕਰੀਏ, ਅਤੇ ਫਿਰ ਸਟੇਟ ਨੂੰ ਇਹਨਾਂ ਕੰਮਾਂ ਤੋਂ ਰੋਕੀਏ। ਇਹ ਡਿਊਟੀ ਬਣ ਜਾਂਦੀ ਆ। ਸੋ ਸੁਪਰੀਮ ਕੋਰਟ ਦੇ ਸੀਨੀਅਰ ਮੋਸਟ ਇੱਕ ਜਿਹੜੇ ਜੱਜ ਆ, ਵਨ ਆਫ ਦ ਸੀਨੀਅਰ ਮੋਸਟ ਜਸਟਿਸ ਚੰਦਰਚੂੜ ਨੇ ਵੀ ਇਹ ਸਟੇਟਮੈਂਟ ਦਿੱਤੀ ਸੀ। ਹੁਣ ਜੇ ਆਪਾਂ ਅੱਜ ਜਿਹੜੀ ਗੱਲ ਕਰਨੀ ਆ ਉਹ ਗੱਲ ਕਰਨੀ ਆ ਲਖੀਮਪੁਰ ਤੋਂ ਸ਼ੁਰੂ, ਜਾਂ ਉਦੋਂ ਪਹਿਲਾਂ ਆਪਾਂ ਇਹ ਕਹਿ ਲਈਏ ਵੀ ਬੀ ਡੀ ਪਾਂਡੇ ਇੱਕ ਗਵਰਨਰ ਸੀ ਪੰਜਾਬ ਦੇ, ਇਨ ਦਾ ਸਰਵਿਸ ਆਫ ਫਰੀ ਇੰਡੀਆ ਉਹਨਾਂ ਨੇ ਕਿਤਾਬ ਲਿਖੀ, ਅਤੇ ਉਸ ਕਿਤਾਬ ਨੂੰ 5 ਸਾਲਾਂ ਉਹਨਾਂ ਦੇ ਮਰਨ ਤੋਂ ਬਾਅਦ ਉਹਨਾਂ ਦੇ ਪਰਿਵਾਰ ਨੇ ਪਬਲਿਸ਼ ਕੀਤਾ। ਜੇ ਤੁਸੀਂ ਉਹਦੇ ਨੋਟਸ ਪੜ੍ਹੋਗੇ ਉਹਦੇ 'ਚ ਬੜਾ ਕਲੀਅਰ ਕੱਟ ਉਹਨਾਂ ਨੇ ਇਹ ਲਿਖਿਆ ਹੋਇਆ ਵੀ 80ਆਂ ਦੇ ਦਹਾਕੇ 'ਚ ਇੰਦਰਾ ਗਾਂਧੀ ਨੇ, ਇੰਡੀਅਨ ਸਟੇਟ ਨੇ ਅਤੇ ਕੁਛ ਉਸ ਵੇਲੇ ਦੀ ਪ੍ਰੈਸ ਨੇ ਸਿੱਖਾਂ ਦੇ ਅਗੇਂਸਟ ਮਜੋਰਿਟੀ ਨੂੰ, ਮਜੋਰਿਟੀ ਕੌਣ ਆ ਹੁਣ ਇਸ ਦੇਸ਼ 'ਚ, ਮਜੋਰਿਟੀ ਨੂੰ ਭੜਕਾਇਆ, ਸਿੱਖਾਂ ਨੂੰ ਬਦਨਾਮ ਕੀਤਾ, ਸਿੱਖਾਂ ਨੂੰ ਟਾਰਗੇਟ ਕੀਤਾ, ਅਤੇ ਫਿਰ ਗੱਲ ਕਿੱਥੇ ਜਾ ਕੇ ਰੁਕੀ ਹੈ ਸਾਨੂੰ ਸਭ ਨੂੰ ਪਤਾ। ਫਿਰ ਅਸੀਂ ਘੱਲੂਘਾਰਾ ਵੀ ਸਿਹਾ ਅਤੇ ਅਸੀਂ ਸਾਡੀ ਨਸ਼ਲਕੁਸ਼ੀ ਵੀ ਸਹੀ। ਅੱਜ ਗੱਲ ਕਿੱਥੇ ਆ ਰਹੀ ਆ, ਜਿਹੜੀ ਅੱਜ ਸਰਕਾਰ ਨਾਲ ਸਾਡਾ ਮੱਥਾ ਲੱਗਿਆ ਬੀਜੇਪੀ ਨਾਲ, ਇਹ ਵੀ ਕੋਈ ਨੋਰਮਲ ਸਰਕਾਰ ਨਹੀਂ ਆ ਵੀ ਵਿੱਚ ਕੋਈ ਜਿਵੇਂ ਨੋਰਮਲ ਇੱਕ ਪਾਰਲੀਮੈਂਟਰੀ ਸਪੇਸ ਦੀ ਕੋਈ ਸਰਕਾਰ ਹੋਵੇ ਅਤੇ ਉਸ ਸਰਕਾਰ ਨਾਲ ਅਸੀਂ ਖਹਿ ਰਹੀਏ ਹੋਈਏ ਜਾਂ ਮੱਥਾ ਲਾ ਰਹੇ ਹੋਈਏ। ਇਹ ਵੀ ਇੱਕ ਫਾਸਿਸਟ ਮੈਂ ਫਿਰ ਕਹਿੰਦਾ ਫਰਸ਼ੀਵਾਦ ਜਿਹੜਾ ਉਹ ਕ੍ਰੀਏਟ ਕਰ ਰਹੀ ਆ ਉਹਨੂੰ ਦਿਨ ਬ ਦਿਨ ਇੱਥੇ ਪੈਦਾ ਕੀਤਾ ਜਾ ਰਿਹਾ, ਅਤੇ ਇਸ ਬੀਜੇਪੀ ਸਰਕਾਰ ਨੇ ਫਾਸਿਸਟ ਕੌਂਸਟੀਟਿਊਂਸੀ ਆਪਦੀ ਪੈਦਾ ਕਰ ਲਈ। ਅਤੇ ਹੋ ਕੀ ਰਿਹਾ, ਹੋ ਇਹ ਰਿਹਾ ਵੀ ਲਖੀਮਪੁਰ ਜਿਹੜੇ ਢੰਗ ਨਾਲ ਸਾਡੇ ਬੰਦੇ ਅਕਾਲ ਚਲਾਣਾ ਕਰ ਗਏ, ਇਹਨਾਂ ਨੇ ਸਾਡੇ ਬੰਦੇ ਗੱਡੀਆਂ ਹੇਠਾਂ ਦੇ ਕੇ ਮਾਰੇ, ਅਤੇ ਫਿਰ ਮੀਡੀਆ ਕਿਵੇਂ ਉਹਨਾਂ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਿਹਾ। ਇੱਕ ਸਾਡੇ ਉੱਥੇ ਮੁੰਡੇ ਨੇ ਟੀ ਸ਼ਰਟ ਪਾਈ ਸੀ ਜਿਹਦੇ 'ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਫੋਟੋ ਸੀ, ਅਸੀਂ ਸਾਰਿਆਂ ਨੇ ਦੇਖਿਆ ਵੀ ਕਿਵੇਂ ਸਾਨੂੰ ਫਿਰ ਉਸੇ ਤਰ੍ਹਾਂ ਟੈਰਰਿਸਟ ਕਹਿ ਕੇ ਪ੍ਰੋਜੈਕਟ ਕਰ ਰਹੇ ਆ। ਜਿਹੜੇ ਸ਼ਖਸੀਅਤ ਨੂੰ ਦਰਬਾਰ ਸਾਹਿਬ ਸਾਡੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ 20ਵੀਂ ਸਦੀ ਦਾ ਮਹਾਨ ਜਰਨੈਲ, 20ਵੀਂ ਸਦੀ ਦਾ ਸ਼ਹੀਦ, ਇੱਕ ਮਹਾਨ ਸ਼ਹੀਦ ਦਾ ਦਰਜਾ ਦੇ ਦਿੱਤਾ ਗਿਆ ਹੋਵੇ, ਜਦੋਂ ਦਰਬਾਰ ਸਾਹਿਬ 'ਚ ਜਿੱਥੇ ਸ਼੍ਰੀ ਗੁਰੂ ਰਾਮਦਾਸ ਜੀ ਦੀ, ਜਿੱਥੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦਾ, ਜਿੱਥੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਜਗ੍ਹਾ, ਉੱਥੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਵੀ ਜਗ੍ਹਾ ਬਣੀ ਆ, ਇਹਦਾ ਮਤਲਬ ਸਾਰੀ ਸਿੱਖ ਕੌਮ ਨੇ ਉਹਨਾਂ ਨੂੰ ਜਾਂ ਪੰਜਾਬ ਨੇ ਉਹਨਾਂ ਨੂੰ ਸੰਤ ਦਾ ਦਰਜਾ ਦੇ ਕੇ ਅਤੇ ਉਹਨਾਂ ਨੂੰ ਇਸ ਗੱਲ ਨਾਲ ਨਵਾਜ਼ਿਆ ਵੀ ਇਹ 20ਵੀਂ ਸਦੀ ਦਾ ਇੱਕ ਮਹਾਨ ਸ਼ਹੀਦ ਆ ਸਾਡੇ। ਹੁਣ ਜੇ ਤੁਸੀਂ ਇਹ ਕਹੋ ਵੀ ਉਹ ਟੈਰਰਿਸਟ ਆ, ਫਿਰ ਤਾਂ ਅਸੀਂ ਸਾਰੇ ਟੈਰਰਿਸਟ ਹੋ ਗਏ।
फिर सानू ऐलानी जाओ तुसी देश विरोधी। थोड़ा काम यह अस्सियां च भी इन्होंने यही काम किया, हुण भी यही काम कर रहे आ। सानू देश की एकता ते अखंडता ते सवाल खड़ा करके सानू उहदे च माड़ा बना के ते साडे नाल मुड़ के जो धक्के करदे आ जां सिस्टम च साडे विरुद्ध एक जिहड़ा जेनोसाइड इंस्टिंक्ट पैदा की जाती है वह अस्सियां च असीं भुगत चुके हां ते अज फिर उधर नूं जा रही है गल। इस करके साडी सब तो वड्डी जरूरत बन जाती है जिहड़े साडे सिख स्कॉलर आ या जिहड़े साडे पंजाब दे इंटलैक्चुअल्स आ या साढ़े वो बंदे सिविल सोसाइटी के जिहड़े पंजाब तो बाहर भी बैठे आ जिहड़े ये गल मानते आ भी इत्थे जिहड़ी डायवर्सिटी आ इस देश च व्यापकता इहनू रख के असी एक दूजे नाल प्यार नाल रहीए उन्हां बंदियां दी ड्यूटी बन जाती है भी असी सिर जोड़ के बैठीए इस पूरे माहौल नू विचारीए इस तनाव ते टकराव जिस तरह पैदा किया जा रहा इस गल नू समझिए ते फिर इहदे ते ब्रेनस्टॉर्म करके कोई हल कढ़ीए नहीं तो जिधर नू गल जा रही आ तुसी वेखो लखीमपुर च बंदे इन्हां ने मारे टैरर ये क्रिएट करते साडे मना च यह टैरर क्रिएट करते टैरर की क्रिएट करते इन्हां ने गड्डियां नू हथियार वजों वरत्या ते जमा बिना किसी प्रोवोकेशन दे जदों साडे बंदे मुजारा करके आपदा वापस जा रहे सी उन्हां दे उत्तों दी गड्डियां चढ़ातियां। सो टैरर टैररिस्ट की हुंदा टैररिस्ट उही हुंदा ना जिहड़ा लोकां दे मना च टैरर क्रिएट करता इह तां सरकार दे बंदे कर रहे आ। दो दिन पहलां उह मुंडा जिहड़ा मंत्री दा उह दिल्ली किसी फंक्शन च चीफ गैसट सी अज उत्थे पुछगिछ लई चला गया उहदी एफ आई आर पढ़ लो इन्नी वीक एफ आई आर आ बीइंग अ लॉयर आई एम टैलिंग यू इन्नी वीक एफ आई आर आ भी उहदे ते कन्विक्शन हो ही नहीं सकती ते जमा एविडेंस सामने पिया जमा क्लीयर कट गल आ भी साडे बंदे इन्हां ने किसी गिणी मिखती साजिश दे अधीन जाके मारे। सो असी जिहड़ी सरकार नाल पंगा लई बैठे आ ना उह सरकार एक फासिस्ट सरकार आ एक फर्शीवादी सरकार आ ये खिलाफ़ जो लड़ना साढ़े आगुआ भी मेरी बेनती है तुम मेरिया गलों हर बार नैगेटिव वे च लै जाने हो मेरी बेनती है थोनू भी हूँ तो असी किसी प्रवोक नहीं किया हूँ तक किसी तरह का भड़का हट नहीं सी ना कोई साडा बंदा वॉयलेंस कर रहा है हूँ तो असी जमा नॉन वॉयलेंट जापते ची तो फिर भी सानू मार गए साढ़े तो पहला साढ़े आगुआ के मूहों इन्होंने ये गल् कहाइया भी निशान साहब ला दो नहिंग सिंह जथेबंदियां वापस चलिया जान उतों। इस गल तो बाद अगली गल इन्होंने कही जदों साढ़े निशान साहब नू फिर इन्होंने यह कहा देखो खालिस्तान का झंडा देश की एकता ते अखंडता नू खतरा किवें साढ़े विरुद्ध गल्लां पैदा कीतियां जांदियां। फिर अगली गल 26 जनवरी नू एक एक्सप्रैशन जाहर किया सी जदों एक खाली पोल ते निशान साहब ते किसानी झंडा लाया उदों यह गल प्रचारी गई भी थोड़े ते तां नशलकुशी हो जानी सी भी जदों तुसीं झंडे जाके हाई कोर्ट ते ला दिने हो तां एक इस देश दा जिथे कानून नू प्रोटेक्ट किया जाता इंस्टीट्यूशन आ उत्थे थोड़े ते तां नशलकुशी का सवाल नहीं खड़ा हुंदा जां तुसीं जदों बंदिआं नू मारदे हो थोड़े ते नशलकुशी का सवाल नहीं खड़ा हुंदा ते साडे ते ही नशलकुशी का सवाल खड़ा होना फिर तुसीं दसो भी साडी वफादारी किहदे प्रति होनी चाहीदी आ। हुण जे तुसीं सानू देश विरोधी ऐलानना ऐलानी जाओ मारी जाओ सानू फिर यही काम कर सकते हो